ਪੱਗ ਬੰਨ੍ਹ ਕੇ ਮੈਨੂੰ ਕੀ ਫੀਲ ਹੁੰਦਾ, ਜਾਣੀ ਕਿ ਜਦੋਂ ਵੀ ਮੈਂ ਸਿਰ 'ਤੇ ਪੱਗ ਬੰਨ੍ਹਦਾ ਤਾਂ ਅੰਦਰੋਂ ਫੀਲਿੰਗ ਕੀ ਆਉਂਦੀ ਆ? ਸਭ ਤੋਂ ਪਹਿਲਾਂ ਫੀਲਿੰਗ ਆਉਂਦੀ ਆ ਕਿ ਬੰਦਾ ਨਾ ਆਪਣੇ ਆਪ ਨੂੰ ਰਾਜਾ ਸਮਝਣ ਲੱਗ ਜਾਂਦਾ, ਕਿਉਂਕਿ ਪੱਗ ਸਿਰ ਦਾ ਤਾਜ ਆ ਅਤੇ ਆਪਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਆ, ਆਪਣੇ ਕਲਚਰ ਦੇ ਵਿੱਚ ਆ, ਅਤੇ ਨਾਲੇ ਜਦੋਂ ਪੱਗ ਬੰਨ੍ਹਦਾ ਹਾਂ ਉਦੋਂ ਬਸ ਐਵੇਂ ਲੱਗਣ ਲੱਗ ਜਾਂਦਾ ਕਿ ਸਭ ਇੱਕ ਆ, ਕਿ ਸਭ ਨੂੰ ਇੱਕ ਦੀ ਨਿਗਾਹ ਨਾਲ ਦੇਖਣਾ, ਜਿੱਥੇ ਹੁਣ ਐਂ ਲੱਗਦਾ ਕਿ ਇੱਕ ਸਰਦਾਰ ਬੰਦਾ ਲੱਖਾਂ ਦੇ ਵਿੱਚੋਂ ਅੱਡੇ ਦੀਂਦਾ, ਉੱਥੇ ਅੰਦਰੋਂ ਨਿਗਾਹ ਐਂ ਹੋ ਜਾਂਦੀ ਆ ਕਿ ਬਾਹਰੋਂ ਵੱਖ ਦੀਂਦਾ ਪਰ ਸਭ ਇੱਕ ਆ, ਸਾਰਿਆਂ ਨੂੰ ਬਰਾਬਰ ਨਿਗਾਹ ਨਾਲ ਦੇਖਣਾ। ਅੱਗੇ ਨਾ ਰਾਜਿਆਂ ਦਾ ਜਦੋਂ ਰਾਜ ਹੁੰਦਾ ਸੀਗਾ ਤਾਂ ਉਦੋਂ ਸਿਰਫ ਇੱਕ ਰਾਜ ਦੇ ਸਿਰ 'ਤੇ ਤਾਜ ਹੁੰਦਾ ਸੀ, ਪਤਾ ਲੱਗਦਾ ਸੀ ਕਿ ਇਹ ਬੰਦੇ ਦੇ ਸਿਰ 'ਤੇ ਕੁਛ ਹੈਗਾ, ਇਹ ਸਾਰਿਆਂ ਨੂੰ ਅਲੱਗ ਆ, ਇਹ ਰਾਜਾ। ਫਿਰ ਆਪਣੇ ਗੁਰੂ ਸਾਹਿਬਾਨਾਂ ਨੇ ਸਭ ਨੂੰ ਪਗੜੀ ਦਿੱਤੀ, ਪੱਗ। ਉਹਨਾਂ ਨੇ ਕਿਹਾ ਕਿ ਹੁਣ ਸਾਰੇ ਰਾਜੇ ਨੇ, ਸਾਰੇ ਇੱਕ ਬਰਾਬਰ ਨੇ। ਮੈਂ ਕਾਫੀ ਜ਼ਿਆਦਾ ਪਾਵਰਫੁੱਲ ਫੀਲ ਕਰਦਾ, ਨਿਡਰ ਫੀਲ ਕਰਦਾ, ਇੱਕ ਸੋਲਜਰ ਦੀ ਤਰ੍ਹਾਂ ਫੀਲ ਕਰਦਾ, ਜੀ ਕਰਦਾ ਸਭ ਦੀ ਹੈਲਪ ਕਰਾਂ, ਸਭ ਨੂੰ ਬਰਾਬਰ ਨਿਗਾਹ ਨਾ ਦੇਖਾਂ, ਕਿਸੇ ਨੂੰ ਉੱਚਾ ਨੀਵਾਂ ਨਾ ਦਿਖਾਵਾਂ ਅਤੇ ਨਾ ਉਹਨੂੰ ਉੱਚੇ ਨੀਵੇਂ ਦੇ ਤੌਰ 'ਤੇ ਦੇਖਾਂ। ਮੈਨੂੰ ਐਂ ਲੱਗਦਾ ਕਿ ਸਪੈਸ਼ਲ ਆ ਸਭ ਕੁਛ, ਅਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਇੱਕ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ, ਪੱਗ ਬੰਨ੍ਹ ਕੇ ਮੈਨੂੰ ਐਂ ਲੱਗਦਾ ਕਿ ਪੰਜਾਬੀ ਸਭ ਦੇ ਕੰਮ ਆਉਂਦਾ। ਲੰਗਰ ਦੀ ਪ੍ਰਥਾ ਚਲਾਈ, ਇਹ ਕਿਸੇ ਨੂੰ ਭੁੱਖਾ ਨਹੀਂ ਮਾਰਨ ਦਿੰਦੇ, ਜਿਹਨੇ ਵੀ ਆਪਣਾ ਹੱਥ ਕਰਿਆ, ਹੈਲਪ ਮੰਗੀ ਆ, ਮਜ਼ਲੂਮਾਂ 'ਤੇ ਅੱਤਿਆਚਾਰ ਹੋਇਆ ਤਾਂ ਪੰਜਾਬੀ ਸਰਦਾਰ ਬੰਦੇ ਅੱਗੇ ਆਏ ਨੇ। ਇੱਕ ਬੰਦੇ ਦਾ ਕੌਮੈਂਟ ਆਇਆ ਸੀਗਾ ਮੇਰੀ ID 'ਤੇ, ਇੰਸਟਾਗ੍ਰਾਮ 'ਤੇ, ਉਹ ਕਹਿੰਦਾ ਜੇ ਪੰਜਾਬੀ ਗਾਣੇ ਲਾਉਂਦੇ ਹੋ ਜਾਂ ਕੁਛ ਇੱਦਾਂ ਦਾ ਉਹਨੇ ਕਿਹਾ ਸੀ, ਮੈਂ ਭੁੱਲ ਗਿਆ, ਉਹ ਕਹਿੰਦਾ ਫਿਰ ਕੈਨੇਡਾ ਕੀ ਕਰਦੇ ਹੋ? ਜਿਹੜੀ ਆਹ ਚੀਜ਼ ਆ ਨਾ, ਇਹ ਕੱਢਣੀ ਆ ਯਾਰੋ ਪੰਜਾਬ ਦੇ ਵਿੱਚ, ਜਾਂ ਆਪਣੇ ਕੋਲ ਕੋਈ ਵੀ ਬੰਦਾ ਆ ਕੇ ਬੈਠੇ ਉਹਨੂੰ ਇਹ ਨਾ ਲੱਗੇ ਕਿ ਮੈਂ ਬਗਾਨਾ। ਦੇਖੋ ਇੱਕ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ, ਸਭ ਤੋਂ ਪਹਿਲਾਂ ਇਹ ਚੱਕਰ ਆ ਕਿ ਜੇ ਇੱਕ ਬੰਦਾ ਖੜਾ ਹੋਵੇ ਅਤੇ ਨਾਲ ਇੱਧਰ ਪੱਗ ਵਾਲਾ ਖੜਾ ਹੋਵੇ, ਪੱਗ ਬਹੁਤ ਜ਼ਿਆਦਾ ਜੱਚਦੀ ਆ, ਬੰਦਾ ਰਾਜਾ ਬਣ ਜਾਂਦਾ। ਐਗਜ਼ਾਮਪਲ ਇਹ ਆ, ਮੰਨ ਲਓ ਕਿ ਗੋਰਾ ਛੋਟਾ ਜਿਹਾ ਬੱਚਾ ਮਾਸੂਮ, ਉਹ ਕਿਸੇ ਗੋਰੇ ਘਰ ਪਰਿਵਾਰ 'ਚ ਜੰਮਿਆ, ਕਿਸੇ ਵੀ ਦੇਸ਼ 'ਚ, ਹੁਣ ਉਹਦੇ ਕਲਚਰ ਦੇ ਵਿੱਚ ਪੱਗ ਨਹੀਂ ਹੈਗੀ, ਨਾ ਉਹਨੂੰ ਇਸ ਚੀਜ਼ ਬਾਰੇ ਪਤਾ, ਅਤੇ ਉਹ ਰੋਡਾ। ਹੁਣ ਮੈਂ ਸਰਦਾਰ ਹੋ ਕੇ ਜੇ ਉਹਦੇ ਵਿੱਚ ਫਰਕ ਸਮਝਾਂ ਕਿ ਸਾਡੇ ਪੱਗ ਬੰਨ੍ਹੀ ਆ, ਉਹਦੇ ਪੱਗ ਨਹੀਂ ਬੰਨ੍ਹੀ, ਤਾਂ ਨੀਵੇਂ ਦਰਜੇ ਦੇ ਨੇ ਜਾਂ ਸਾਡੇ ਜਿੰਨੇ ਉੱਚੇ ਨਹੀਂ, ਤਾਂ ਫਿਰ ਉੱਥੇ ਨਾ ਉਹ ਗੁਰੂਆਂ ਦੀ ਕਹੀ ਗੱਲ ਦੇ ਉਲਟ ਕੰਮ ਹੋ ਜਾਂਦਾ, ਆਪਾਂ ਫਰਕ ਕਰਨ ਲੱਗ ਜਾਂਦੇ ਹਾਂ, ਕਿਉਂਕਿ ਉਹਦਾ ਕੀ ਕਸੂਰ, ਉਹ ਵੀ ਇੱਕ ਸੇਮ ਐਨਰਜੀ ਆ, ਉਹ ਵੀ ਸਭ ਇੱਕੇ ਆ। ਆਪਾਂ ਨੂੰ ਮਾਣ ਆ ਕਿ ਗੁਰਾਂ ਨੇ ਸਾਨੂੰ ਮਦਦਗਾਰ ਬਣਾਇਆ, ਤਕੜੇ ਬਣਾਇਆ, ਹੈਲਪ ਕਰਨ ਵਾਲੇ ਬਣਾਇਆ, ਕਿ ਹਾਂ ਇਹ ਲੋਕਾਂ ਦੀ ਅੱਗੇ ਹੈਲਪ ਕਰਨਗੇ, ਕੁਦਰਤ ਨੇ ਆਪਾਂ ਨੂੰ ਉੱਦਾਂ ਦਾ ਬਣਾਇਆ, ਆਪਣੀ ਨੇਚਰ ਇੱਦਾਂ ਦੀ ਬਣਾਈ ਆ, ਤਾਂ ਹੀ ਆਪਣੇ ਬੰਦੇ ਆਰਮੀ 'ਚ ਜ਼ਿਆਦਾ ਨੇ, ਬੋਡੀਗਾਰਡ ਜ਼ਿਆਦਾ ਮੰਨਦੇ ਨੇ, ਲੜਾਈਆਂ 'ਚ ਜ਼ਿਆਦਾ ਨੇ। ਪਰ ਇੱਥੇ ਆਪਾਂ ਫਰਕ ਸਮਝ ਕੇ ਆਪਣੇ ਆਪ ਨੂੰ ਪਿੱਛੇ ਨਹੀਂ ਕਰਨਾ, ਕੁਦਰਤ ਨੂੰ ਇੱਕ ਨਿਗਾਹ ਨਾਲ ਦੇਖਣਾ ਕਿ ਜਿੱਥੇ ਵੀ ਜੋ ਵੀ ਹੈਗਾ ਉਹ ਸਹੀ ਆ। ਹੁਣ ਮੇਰੀਆਂ ਜੜ੍ਹਾਂ ਕਿੱਥੇ ਨੇ? ਜੜ੍ਹਾਂ ਮੇਰੀਆਂ ਨੇ ਤੁਹਾਨੂੰ ਪਤਾ ਪੰਜਾਬ 'ਚ, ਉਹੀ ਖੂਨ ਆ ਆਪਣੇ 'ਚ ਸਾਰਿਆਂ 'ਚ। ਹੁਣ ਜੇ ਉਹ ਜੜ੍ਹਾਂ ਦਰੱਖਤ ਜਿੱਦਾਂ ਮਰਜ਼ੀ ਕਿਸੇ ਪਾਸੇ ਨੂੰ ਫੈਲ ਜਾਵੇ, ਜੜ੍ਹਾਂ ਉਹਦੀਆਂ ਕਿੱਥੇ ਰਹਿਣੀਆਂ ਨੇ? ਪੰਜਾਬ 'ਚ। ਜੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਾਂ ਗਲਤ ਕੰਮ ਕਰਦੇ ਹਾਂ, ਫਰਕ ਰੱਖਦੇ ਹਾਂ, ਐਬਾਂ 'ਚ ਬੈਲਾਂ 'ਚ ਫਸੇ ਹੋਏ ਹਾਂ, ਆਪਣੀ ਕਮਿਊਨਿਟੀ ਨੂੰ ਬਦਨਾਮ ਕਰਦੇ ਹਾਂ, ਤਾਂ ਫਿਰ ਕੀ ਹੋਊਗਾ? ਤਾਂ ਜੜ੍ਹਾਂ ਖੋਖਲੀਆਂ ਨੇ, ਤਾਂ ਉਹ ਜੜ੍ਹਾਂ ਚਾਹੇ ਆਪਾਂ ਪੰਜਾਬ 'ਚ ਰਹਿ ਕੇ ਵੀ ਖੋਖਲੀਆਂ ਕਰ ਸਕਦੇ ਹਾਂ, ਕੋਈ ਫਰਕ ਨਹੀਂ ਹੈਗਾ ਮਿੱਤਰੋ। ਦੇਖੋ ਹੁਣ ਮੈਂ ਤੁਹਾਡੇ ਨਾਲ ਨਾ ਆਪਾਂ ਪਿਆਰ ਵੰਡਣਾ, ਇਹ ਮਾਈਕ 'ਤੇ ਥਰੂ ਬੋਲਦੇ ਹਾਂ, ਮਾਈਕ ਕਿਹਦਾ? ਗੋਰਿਆਂ ਦਾ। ਵੀਡੀਓ ਬਣਦੀ ਆ ਕੈਨਨ ਕਿਹਦਾ? ਚਾਈਨਾ ਦੀ ਕੰਪਨੀ ਹੋਊਗੀ। ਜਿਹੜੀਆਂ ਵੀ ਇਹ ਦੁਨੀਆ ਦੀਆਂ ਚੀਜ਼ਾਂ ਨੇ ਨਾ, ਇੱਕ ਦੂਜੇ ਦੀ ਹੈਲਪ ਲਈ ਨੇ ਇਹ ਚੀਜ਼ਾਂ ਨੇ। ਜੇ ਆਪਾਂ ਕਹੀਏ ਯਾਰ ਇਹ ਨਹੀਂ ਵਰਤਣਾ ਤਾਂ ਗੋਰਿਆਂ ਦਾ ਮਾਈਕ ਆ, ਆਈਫੋਨ ਨਹੀਂ ਵਰਤਣੇ ਤਾਂ ਗੋਰਿਆਂ ਦੇ ਨੇ, ਗੋਰੇ ਹੁਣ ਇੰਟਰਮੀਟਿੰਗ ਫਾਸਟਿੰਗ ਆਪਣੇ ਇੰਡੀਆ ਤੋਂ ਉੱਠੀ ਹੋਈ ਆ, ਹਲਦੀ, ਜਿੰਜਰ, ਘਿਓ, ਇਹ ਸਾਰੀਆਂ ਚੀਜ਼ਾਂ ਉਹ ਬੈਨੀਫਿਟ ਦੱਸਦੇ ਨੇ ਸਾਰੇ ਬੰਦੇ।
ਕਿ ਯਾਰ ਇਹ ਲਓ ਇਹ ਇੰਡੀਆ ਦੀ ਆਹ ਚੀਜ਼ ਵਧੀਆ, ਇੰਡੀਆ ਦੀ ਹਲਦੀ ਵਧੀਆ, ਇੰਡੀਆ ਦਾ ਆਸ਼ਵਗੰਧਾ ਵਧੀਆ, ਇੰਡੀਆ ਦੀਆਂ ਜੜੀਆਂ ਬੂਟੀਆਂ ਵਧੀਆ ਨੇ। ਇੱਦਾਂ ਹੀ ਆਪਾਂ ਇੱਕ ਦੂਜੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦਾ ਫਾਇਦਾ ਲੈਣਾ। ਆਪਣੇ ਕੋਲ ਇੱਕ ਪਲੱਸ ਪੁਆਇੰਟ ਇਹ ਆ ਕਿ ਆਪਾਂ ਨਾ ਸਾਰੇ ਬਰਾਬਰ ਰਾਜਿਆਂ ਦੀ ਤਰ੍ਹਾਂ ਆ। ਪਹਿਲੀ ਸਿੱਖਿਆ ਆਪਣੇ ਲਈ ਇਹ ਆ, ਬਹੁਤ ਵਧੀਆ ਗੱਲ ਆ ਕਿ ਆਪਾਂ ਇੱਕ ਤਾਂ ਆਪਣੇ ਫੇਸ ਇੱਦਾਂ ਦੇ ਨੇ, ਆਪਣਾ ਬਲੱਡ ਇੱਦਾਂ ਦਾ, ਪੱਗ ਆਪਣੇ ਜੱਚਦੀ ਆ। ਇਹਦੇ ਨਾਲ ਮੈਂ ਇੱਕ ਹੋਰ ਇਹ ਗੱਲ ਕਵਰ ਕਰ ਦੇਣੀ ਚਾਹੁੰਦਾ, ਮੈਂ ਬਹੁਤ ਮੁੰਡੇ ਇੱਦਾਂ ਦੇ ਦੇਖੇ ਨੇ ਜਿਨ੍ਹਾਂ ਦੇ, ਚਲੋ ਹੁਣ ਮੈਨ ਦੇ ਜ਼ਿਆਦਾਤਰ ਵਾਲ ਝੜੇ ਜਾਂਦੇ ਨੇ, ਉਹਨਾਂ ਦੇ ਨਾ ਮੱਥੇ ਉੱਪਰ ਤੱਕ ਪਿੱਛੇ ਤੱਕ ਗਏ ਹੋਏ ਨੇ ਗੰਜੇ, ਪਰ ਉਹ ਬੈਲੀ ਨਾ ਪੱਗ ਨਹੀਂ ਬੰਨਦੇ। ਹਾਲਾਂਕਿ ਪੱਗ ਨਾਲ ਉਹਨਾਂ ਦਾ ਮੱਥਾ ਕਿੰਨਾ ਵਧੀਆ ਲੱਗੇ, ਛੋਟਾ ਮੱਥਾ ਤੁਹਾਡੇ ਕਿੰਨੀ ਹਰ ਇੱਕ ਬੰਦੇ 'ਤੇ ਜੱਚ ਜਾਂਦੀ ਆ, ਪਰ ਫਿਰ ਵੀ ਵਾਲ ਝੜੇ ਪਏ ਨੇ ਪਰ ਉਹ ਪੱਗ ਨਹੀਂ ਬੰਨਦੇ। ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਕਿਉਂ ਨਹੀਂ ਬੰਨਦੇ, ਕਿਉਂਕਿ ਪੱਗ ਹਰ ਇੱਕ ਬੰਦੇ 'ਤੇ ਜੱਚਦੀ ਆ, ਤੁਹਾਡਾ ਮੱਥਾ ਵੀ ਛੋਟਾ ਲੱਗਦਾ, ਤੁਸੀਂ ਫੀਲ ਵੀ ਗੁੱਡ ਕਰਦੇ ਹੋ, ਕੌਨਫੀਡੈਂਸ ਵੱਧਦਾ ਤੁਹਾਡੇ 'ਤੇ, ਸਰਦਾਰ ਬੰਦੇ 'ਤੇ ਹਰ ਇੱਕ ਬੰਦਾ ਯਕੀਨ ਕਰਦਾ, ਰੋਬ ਵੱਧਦਾ। ਮੈਂ ਇਹ ਵੀ ਚੀਜ਼ ਫੀਲ ਕਰੀ ਆ ਕਿ ਜਦੋਂ ਪੱਗ ਬੰਨਦੇ ਹੋ ਤੁਸੀਂ ਤਾਂ ਫਿਰ ਅੰਦਰੋਂ ਜੋ ਵੀ ਆਪਣਾ ਸਮਝ ਲਓ ਕਿ ਅੰਦਰਲੀਆਂ ਵਿਕਾਰ ਨੇ ਉਹ ਵੀ ਘੱਟਦੇ ਨੇ। ਮੈਂ ਨਾ 8-9 ਮੰਥ ਪਹਿਲਾਂ ਵੈਜੀਟੇਰੀਅਨ ਡਾਇਟ ਕਰੀ ਆ, ਮੈਂ ਤੁਹਾਨੂੰ ਥੋਟ ਦੱਸਦਾ। ਵੈਜੀਟੇਰੀਅਨ ਡਾਇਟ ਕਰਕੇ ਮੈਨੂੰ ਲੱਗਿਆ ਕਿ ਯਾਰ ਮੈਂ ਤਾਂ ਬਹੁਤ ਜ਼ਿਆਦਾ ਭੁੰਨੀ ਇਨਸਾਨ ਬਣ ਗਿਆ, ਕਿ ਮੈਂ ਤਾਂ ਕੋਈ ਪਾਪ ਕਰੀ ਨਹੀਂ, ਹੁਣ ਤਾਂ ਮੈਂ ਕੋਈ ਜੀਵ ਵੀ ਨਹੀਂ ਮਾਰਦਾ। ਅਤੇ ਫਿਰ ਮੈਨੂੰ ਇੱਕ ਦਿਨ ਬੈਠੇ ਬੈਠੇ ਨੂੰ ਥੋਟ ਆਇਆ, ਮੈਂ ਕਿਹਾ ਯਾਰ ਮੈਂ ਤਾਂ ਰੱਬ ਨੂੰ ਵੀ ਵੱਧ ਭੁੰਨੀ ਇਨਸਾਨ ਬਣ ਗਿਆ, ਵੀ ਹਲੇ ਰੱਬ ਵੀ ਪਾਪ ਕਰ ਦਿੰਦਾ, ਬੰਦਾ ਜੰਮਦਾ ਫਿਰ ਬੰਦੇ ਨੂੰ ਮਾਰਦਾ, ਹੁਣ ਕਾਲ ਰੂਪ ਰੱਬ ਦਾ ਹੀ ਆ ਨਾ, ਜਦੋਂ ਜਨਮ ਹੁੰਦਾ ਉਦੋਂ ਮਰਦੇ ਵੀ ਆਪਾਂ, ਖਾ ਤਾਂ ਰੱਬ ਨੇ ਵੀ ਆਪਾਂ ਨੂੰ ਜਾਣਾ ਜਦੋਂ ਟਾਈਮ ਆਉਣਾ। ਮੈਂ ਕਿਹਾ ਯਾਰ ਮੈਂ ਸੋਚਣ ਲੱਗਿਆ, ਮੈਂ ਕਿਹਾ ਰੱਬ ਵੀ ਖਾਤਮਾ ਕਰਦਾ, ਪਰ ਮੈਂ ਨਹੀਂ ਕਰਦਾ ਵੀ ਮੈਂ ਕਿੰਨਾ ਜ਼ਿਆਦਾ ਪੁੰਨ ਕਰਨ ਲੱਗ ਗਿਆ। ਫਿਰ ਮੈਂ ਸੋਚਿਆ ਜਦ ਹੀ ਮੈਨੂੰ ਥੋਟ ਆਇਆ, ਮੈਂ ਕਿਹਾ ਲੈ ਉਹ ਮਿੱਤਰਾ ਆਹ, ਮੈਂ ਕਿਹਾ ਤੈਨੂੰ ਹੋ ਗਿਆ ਹੰਕਾਰ ਪਿਓ ਜੀ ਪਿਓਰ ਵੈਜੀਟੇਰੀਅਨ ਦਾ ਵੀ ਇਹੋ ਜਿਹਾ, ਮੈਂ ਕਿਹਾ ਤੂੰ ਪਿਓਰ ਵੈਜੀਟੇਰੀਅਨ ਹੋ ਕੇ ਕੀ ਕਰੇਗਾ ਜਦ ਤੇਰੇ 'ਚ ਹੰਕਾਰ ਆ ਗਿਆ। ਸੋ ਇੱਦਾਂ ਹੀ ਜੇ ਆਪਾਂ ਸਰਦਾਰ ਹਾਂ ਅਤੇ ਆਪਾਂ ਕਿਸੇ ਵੀ ਬੰਦੇ ਨੂੰ ਨੀਵਾਂ ਦਿਖਾਉਂਦੇ ਹਾਂ ਜਿਹਦਾ ਕੋਈ ਕਸੂਰ ਏ ਨਹੀਂ, ਜਿਹਦੇ ਕਲਚਰ ਦੇ ਵਿੱਚ ਕੋਈ ਚੀਜ਼ ਮੰਨ ਲਓ ਹੈ ਨਹੀਂ, ਪੱਗ ਬੰਨਣੀ ਨਹੀਂ ਹੈਗੀ ਜਾਂ ਕੁਛ ਵੀ ਨਹੀਂ, ਤਾਂ ਫਿਰ ਆਪਾਂ ਨਾ ਉਹ ਚੀਜ਼ ਭੁੱਲ ਜਾਂਦੇ ਹਾਂ, ਆਪਾਂ ਨੂੰ ਉਹ ਚੀਜ਼ ਦਾ ਹੀ ਹੰਕਾਰ ਹੋ ਜਾਂਦਾ। ਸੋ ਆਪਾਂ ਨੂੰ ਤਾਂ ਇਹਦਾ ਇੱਕ ਮਾਣ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਆਪਣੇ ਨਾਲ ਆ ਕੇ ਬੈਠਿਆ ਨਾ, ਉਹਨੂੰ ਐਂ ਲੱਗੇ ਕਿ ਯਾਰ ਇਹ ਤਾਂ ਮੇਰੇ ਭਾਈ ਹੀ ਨੇ, ਇਹਦਾ ਫਰਕ ਬੰਦੇ ਰੱਖਦੇ ਨਹੀਂ, ਨਾ ਹੀ ਆਪਣੇ ਗੁਰੂਆਂ ਨੇ ਫਰਕ ਰੱਖਿਆ, ਉਹਨਾਂ ਨੇ ਹਰ ਇੱਕ ਦੀ ਮਦਦ ਕਰੀ ਆ, ਇੰਨੇ ਸੋਹਣੇ ਆਪਾਂ ਨੂੰ ਰੂਪ ਬਖਸ਼ੇ ਨੇ ਉਹਨਾਂ ਨੇ, ਇੰਨੇ ਸੋਹਣੇ ਆਪਣਾ ਖੂਨ ਆ ਜਜ਼ਬੇ ਵਾਲਾ। ਪਰ ਜੇ ਆਪਾਂ ਇਹ ਚੀਜ਼ ਮੰਨਣ ਲੱਗ ਗਏ ਕਿ ਹਾਂ ਯਾਰ ਅਸੀਂ ਫਬਣਾ, ਸਾਡੇ ਪੱਗ ਵਧੀਆ ਲੱਗਦੀ ਆ, ਸਾਡੇ ਬਣਤਰੇ ਇੱਦਾਂ ਦੀ ਆ, ਸਾਡਾ ਖੂਨ ਹੈ ਇੱਦਾਂ ਦਾ, ਪਰ ਜਿਹੜਾ ਬੰਦਾ ਨਹੀਂ ਵੀ ਬੰਨਦਾ ਜਾਂ ਕਿਸੇ ਹੋਰ ਧਰਮ ਦਾ, ਅਸੀਂ ਉਹਨੂੰ ਵੀ ਪਿਆਰ ਕਰੀਏ ਕਿ ਯਾਰ ਬਾਈ ਨੇਚਰ ਆ, ਕੁਦਰਤ ਆ। ਹੁਣ ਸ਼ੇਰ ਆ ਇੱਕ ਪਾਸੇ, ਹਿਰਨ ਆ, ਸ਼ੇਰ ਹਿਰਨ ਨੂੰ ਜੇ ਖਾਂਦਾ ਤਾਂ ਉਹ ਰੌਲਾ ਕੁਦਰਤ ਦਾ ਆਪਣਾ ਨਹੀਂ। ਇੱਕ ਨਾ ਜਾਨਵਰਾਂ ਦੇ ਸਾਡੇ ਪਿੰਡ ਜਰਗ ਗਰਾਊਂਡ ਦੇ ਵਿੱਚ ਇੱਕ ਪੰਛੀ ਨਾ, ਪੰਛੀਆਂ ਦੇ ਜਿਹੜਾ ਸੱਪ ਆ ਉਹ ਆਂਡੇ ਖਾਣ ਚੜ੍ਹ ਗਿਆ ਦਰਖਤ 'ਤੇ, ਅਤੇ ਇੱਕ ਮੁੰਡੇ ਨੇ, ਮੁੰਡਾ ਇੱਟ ਮਾਰ ਲੱਗਿਆ ਸੱਪ ਦੇ, ਉਹ ਕਹਿੰਦਾ ਮਾਰ ਕਹਿੰਦਾ ਇੱਟ, ਕਹਿੰਦਾ ਵਿਚਾਰਿਆਂ ਦੇ ਆਂਡੇ ਖਾ ਜੂਗਾ ਨਾ। ਦੂਜਾ ਮੁੰਡਾ ਕਹਿੰਦਾ ਮਾਰੀ ਨਾ, ਕਹਿੰਦਾ ਮੈਂ ਕੀ ਹੋ ਗਿਆ, ਕਹਿੰਦਾ ਤੂੰ ਇੱਟ ਮਾਰੇਗਾ, ਕਹਿੰਦਾ ਸੱਪ ਦੇ ਬਲੱਡ ਨਿਕਲੂਗਾ, ਕਹਿੰਦਾ ਬਾਅਦ 'ਚੋਂ ਉਹਨੂੰ ਕੀੜੀਆਂ ਨੇ ਖਾ ਜਾਣਾ। ਮਤਲਬ ਕਤਲ ਦੋਨੇ ਪਾਸੇ ਆ, ਮਤਲਬ ਅੰਤ ਦੋਨੇ ਪਾਸੇ ਆ। ਉਹ ਕਹਿੰਦਾ ਕੁਦਰਤ ਦੇ ਕਹਿੰਦਾ ਕੰਮਾਂ 'ਚ ਹਿੱਸਾ ਨਾ ਲੈ, ਕਹਿੰਦਾ ਜਿਵੇਂ ਹੋਊਗਾ ਹੋ ਲੈਣ ਦੇ। ਕਹਿੰਦਾ ਜਿੱਥੇ ਗੱਲ ਕੀ ਆਪਾਂ ਕਈ ਵਾਰ ਫਰਕ ਸਮਝਣ ਲੱਗ ਜਾਂਦੇ ਹਾਂ, ਮੈਂ ਕਾਫੀ ਜ਼ਿਆਦਾ ਕਮੈਂਟ ਦੇਖੇ ਨੇ ਬਾਹਰਲਿਆਂ ਨੂੰ ਵੀ, ਲੋਕ ਇੱਦਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਸੀ, ਉਹ ਕਹਿੰਦੇ ਵੀ ਬਾਈ ਫਿਰ ਪੰਜਾਬ ਨਾਲ ਜ਼ਿਆਦਾ ਪਿਆਰ ਇੰਡੀਆ 'ਚ। ਦੇਖੋ ਸਾਰੇ ਜਿਹੜੇ ਬਾਹਰ ਪੰਜਾਬੀ ਨੇ, ਕੋਈ ਕਿਸੇ ਮਜਬੂਰੀ ਨੂੰ ਗਿਆ, ਕੋਈ ਕਿਸੇ ਨੂੰ ਗਿਆ, ਪਰ ਖੂਨ ਉਹਨਾਂ 'ਚ ਆਪਣਾ ਹੀ ਆ, ਆਪਾਂ ਫਰਕ ਨਹੀਂ ਰੱਖਣਾ। ਜਦੋਂ ਮੈਂ ਇੰਡੀਆ ਉਤਰਦਾ, ਮੈਂ ਜਾ ਕੇ ਮਿੱਟੀ ਚੱਕ ਕੇ ਨਾ ਆਪਣੇ ਪੰਜਾਬ ਦੀ ਪਹਿਲਾਂ ਸਰੀਰ ਨੂੰ ਮਲਦਾ। ਅੱਗੇ ਮੈਂ ਸਾਡੀ ਪਾਣੀ ਵਾਲੀ ਟੈਂਕੀ ਸੀ ਜਿੱਥੇ ਪਿੰਕਾ ਜਰਗ ਆਪਣਾ ਛੋਟਾ ਵੀ ਸਪਰਿੰਟ ਲਾਉਂਦਾ ਹੁੰਦਾ, ਪੌੜੀਆਂ ਲਾਉਂਦਾ ਹੁੰਦਾ, ਉੱਥੇ ਨਾ ਮੈਂ ਜਾਂਦੀ ਸਾਰ ਮੈਂ ਜਾ ਕੇ ਇੱਦਾਂ ਮਿੱਟੀ ਮਲ ਲੱਗ ਗਿਆ। ਪਹਿਲੇ ਦਿਨੇ ਮੈਂ ਗਿਆ ਸੀਗਾ ਹੇਅਰ ਟਰਾਂਸਪਲਾਂਟ ਕਰਾਉਣ ਗਿਆ ਸੀ ਮੈਂ, ਇਹ ਵੀ ਗੱਲ ਵਿੱਚ ਮੈਂ ਕਰਨੀ ਆ। ਹੁਣ ਮੈਂ ਹੇਅਰ ਟਰਾਂਸਪਲਾਂਟ ਵੀ ਕਰਾਇਆ, ਉਸ ਤੋਂ ਬਾਅਦ ਵੀ ਮੈਨੂੰ ਐਂ ਲੱਗਦਾ ਕਿ ਪੱਗ ਬੰਨ ਕੇ ਇੱਕ ਲੱਗੇ ਟੌਰ ਆ। ਇਹ ਵੀ ਨਹੀਂ ਹੈਗਾ ਕਿ ਆਪਣੇ ਜੀ ਵਾਲ ਝੜੇ ਨੇ ਆਪਾਂ ਤਾਂ ਬੰਨਦੇ ਹਾਂ,
200,000 ਹੇਅਰ ਟਰਾਂਸਪਲਾਂਟ 'ਤੇ ਵੀ ਲਾਇਆ ਹੋਇਆ। ਸੋ ਜਦੋਂ ਗਿਆ ਸੀ ਉਦੋਂ ਮੈਂ ਪਹਿਲੇ ਦਿਨੇ ਜਾ ਕੇ ਮੈਂ ਐਂ ਚੱਕ ਕੇ ਮਿੱਟੀ ਮਲਣ ਲੱਗ ਗਿਆ ਉੱਥੇ ਟੈਂਕੀ ਦੇ ਇੱਕ ਸਰਜਰੀ ਸਵੇਰੀ, ਉੱਥੇ ਟੈਂਕੀ ਦੇ ਇੱਕ ਬੰਦਾ ਆ ਗਿਆ, ਉਹ ਮੇਰੇ ਵੱਲ ਦੇਖੀ ਜਾਵੇ। ਉਹਨੇ ਕਿਹਾ ਵੀ ਪਤਾ ਨਹੀਂ ਕੀ ਇਹ ਐਂ ਕਰਕੇ ਕਹਿੰਦਾ, ਮੈਂ ਤਾਂ ਐਂ ਕਰਕੇ ਪਹਿਲਾਂ ਮੈਂ ਐਂ ਲਾਈ ਮਿੱਟੀ, ਫਿਰ ਮੈਂ ਐਂ ਸੁੰਘੀ, ਹੈ ਨਾ, ਜਿਵੇਂ ਫੀਲਿੰਗ ਹੁੰਦੀ ਆ ਕਿ ਯਾਰ ਵੀ ਹਾਂ ਇੱਥੋਂ ਜੰਮੇ ਹਾਂ, ਅਤੇ ਮੈਂ ਇੱਦਾਂ ਮਲ ਲੱਗ ਗਿਆ, ਐਂ ਕਰ ਲੱਗ ਗਿਆ। ਉਹਨੇ ਦੇਖਿਆ ਵੀ ਇਹ ਤਾਂ ਬੈਲੀ ਕੋਈ ਸਵੇਰੀ ਟੂਣਾ ਮਾਣਾ ਕਰਨ ਆ ਗਿਆ, ਅਤੇ ਮੇਰੇ ਵੱਲ ਬਹੁਤ ਟਾਈਮ ਦਿਖੀ ਗਿਆ। ਮੈਂ ਕਿਹਾ ਉਹ ਭਰਾਵਾ ਮੈਂ ਤਾਂ ਥੋੜ੍ਹੀ ਜਿਹੀ ਫੀਲਿੰਗ ਏ, ਮੈਂ ਕਿਹਾ ਮਿੱਟੀ ਮੁੱਟੀ ਮਲਦਾ, ਸਮੈਲ ਸਮੁੱਲ ਲੈਂਦਾ ਮਿੱਟੀ ਦੀ। ਸੋ ਜਿਵੇਂ ਮੈਂ ਸੀ, ਦੇਖੋ ਮੈਂ ਜਦੋਂ ਇੰਡੀਆ ਸੀ, ਪੰਜਾਬ ਸੀ, ਮੇਰੇ ਆਪਣੇ ਪਾਪਾ ਦਾ ਫਾਦਰ ਸਾਹਿਬ ਉਹ ਕਬੱਡੀ ਖੇਡਦੇ ਸੀ ਗੌਰਮੈਂਟ, ਫਿਰ ਉਹਨਾਂ ਨੂੰ ਜੋਬ ਮਿਲ ਗਈ ਸੀ ਬਿਜਲੀ ਬੋਰਡ 'ਚ, ਜੇਈ ਟਾਇਰ ਹੋਏ ਨੇ। ਉਸ ਤੋਂ ਬਾਅਦ ਮਾਤਾ ਨਾਲੇ ਹੈੱਡ ਟੀਚਰ ਸੀਗੇ, ਦੋਨਾਂ ਦਾ ਕ੍ਰੈਡਿਟ ਕਾਰਡ ਮੇਰੇ ਕੋਲ ਹੁੰਦਾ ਸੀਗਾ। ਹੁਣ ਮੈਨੂੰ ਨਾ, ਮੈਂ ਉਹ ਚੀਜ਼ ਨੇ ਮੈਨੂੰ ਇੱਕ ਤਰ੍ਹਾਂ ਦਾ ਨਿਕੰਮਾ ਬਣਾਤਾ ਸੀ, ਕਿਉਂਕਿ ਸੁੱਖ ਸੀ ਮੈਨੂੰ, ਏ ਸੀ ਲੱਗੇ ਸੀ, ਖਾਣਾ ਪੀਣਾ ਸੌ ਜਾਂਦਾ ਆਰਾਮ ਨਾਲ, ਗਰਮੀਆਂ 'ਚ ਕੋਈ ਚੱਕਰ ਨਹੀਂ ਸੀ, ਠੰਡ 'ਚ ਕੋਈ ਚੱਕਰ ਨਹੀਂ ਸੀ। ਜਦੋਂ ਮੈਂ ਬਾਹਰ ਆਇਆ ਇੱਥੇ ਨਾ, ਮੈਨੂੰ ਜੀਰੋ ਤੋਂ ਸਟਾਰਟ ਕਰਨਾ ਪੈ ਗਿਆ। ਸੋ ਮੇਰੇ ਅੰਦਰ ਇੱਕ ਬਹੁਤ ਹੀ ਵਧੀਆ ਨਵਾਂ ਬੰਦਾ ਉੱਭਰ ਕੇ ਆਇਆ, ਜਿਹੜਾ ਕਿ ਮੈਂ ਦੇਖਦਾ ਕਿ ਮੈਂ ਉਹ ਹੈ ਹੀ ਨਹੀਂ ਪਹਿਲਾਂ ਵਾਲਾ, ਕਿਉਂਕਿ ਮੈਂ ਸਟਰਗਲ ਕਰੀ ਇੱਥੇ, ਕਿਉਂਕਿ ਆਪਾਂ ਜਦੋਂ ਸਟਰਗਲ ਕਰਦੇ ਹਾਂ ਨਾ, ਫਿਰ ਇੱਕ ਤੁਸੀਂ ਅਲੱਗ ਇਨਸਾਨ ਬਣ ਜਾਂਦੇ ਹੋ। ਉਦੋਂ ਪਿੰਕਾ ਜਰਗ ਵੀ ਮੇਰੇ ਕੋਲ ਇੱਥੇ ਉਹ ਖੇਡਣ ਆਉਂਦਾ ਸੀਗਾ, ਅਤੇ ਪਹਿਲੀ ਵਾਰ, ਕਿਉਂਕਿ ਇੱਥੇ ਬੇਸਮੈਂਟ 'ਚ ਰਹਿੰਦੇ ਸੀ, ਰੈਂਟ ਸੀ ਸਾਡੀ, ਗਰੋਸਰੀ ਬਹੁਤ ਮਹਿੰਗੀ ਸੀ, ਕਿਉਂਕਿ ਖਾਣਾ ਪੀਣਾ ਆਪਾਂ ਸ਼ੁਰੂ ਤੋਂ ਹੀ ਬਹੁਤ ਮਹਿੰਗਾ ਰੱਖਿਆ, ਔਰਗੈਨਿਕ ਰੱਖਿਆ, ਕਾਰਡ 'ਚ ਪੈਸੇ ਪੂਏ ਹੁੰਦੇ ਨਹੀਂ ਸੀ, ਹਲੇ ਬੀਜੇ ਦਾ ਬਿੱਲ ਖੜਾ ਹੁੰਦਾ ਸੀਗਾ, ਪਰ ਆਪਾਂ ਫੂਡ ਵਧੀਆ ਲੈਂਦੇ ਸੀ। 8-9 ਘੰਟੇ ਕੰਮ 'ਤੇ ਆ ਕੇ ਫਿਰ ਵੀ ਮੈਂ ਜਿੰਮ ਲਈ ਟਾਈਮ ਕੱਢਦਾ ਸੀ, ਅਤੇ ਉਦੋਂ ਮੈਂ ਆ ਕੇ ਉਹਦੇ ਫਿਟਨੈਸ ਦਾ ਕੋਰਸ ਕਰਿਆ। ਪਿੰਕਾ ਖੇਡਣ ਆਇਆ ਸੀ, ਉਹ ਖੇਡਣ ਦੇ ਉਹਨੂੰ ਪੈਸੇ ਮਿਲਦੇ ਸੀ, ਉਹ $6,000 ਮੈਨੂੰ ਉਦੋਂ ਉਹਨੇ ਦਿੱਤਾ ਸੀ ਪਿੰਕੇ ਨੇ, ਕਹਿੰਦਾ ਵੀਰੇ ਤੂੰ ਕੋਰਸ ਕਰ ਲਾ, ਕਿਉਂਕਿ ਉਦੋਂ ਮੈਨੂੰ ਪਹਿਲਾਂ ਫੀਸ ਜਮ੍ਹਾਂ ਕਰਾਉਣੀ ਪੈਣੀ ਸੀ, ਇੰਨੇ ਪੈਸੇ ਮੇਰੇ ਕੋਲ ਉਦੋਂ ਹੈ ਨਹੀਂ ਸੀ। ਉਹ ਕਬੱਡੀ ਖੇਡਣ ਆਉਂਦਾ ਸੀ, ਉਹਨੇ ਮੈਨੂੰ $6,000 ਦੇਤਾ, ਕਹਿੰਦਾ ਚੱਕ ਵੀਰੇ, ਕਹਿੰਦਾ ਤੂੰ ਕੋਰਸ ਕਰ। ਹੁਣ ਜਦੋਂ ਕੋਰਸ ਕਰਨ ਗਿਆ ਮੈਂ ਉੱਥੇ ਗੋਰਿਆਂ ਦੀ ਕਲਾਸ ਦੇ ਵਿੱਚ, 4 ਮੰਥ ਕਲਾਸਾਂ ਲਾਈਆਂ ਨੇ ਪਹਿਲੇ ਦਿਨੇ, ਕਿਉਂਕਿ ਹੁਣ ਇੰਡੀਆ ਪੜ੍ਹਨ ਦਾ ਵੀ ਐਡਾ ਚੱਕਰ ਨਹੀਂ ਸੀ, ਐਸ਼ ਕਰੀ ਸੀਗੀ, ਮਿਹਨਤ ਹੀ ਕਰਦੇ ਰਹੇ ਅਸੀਂ ਛੋਟੇ ਹੁੰਦੇ, ਮੋਟਰਾਂ ਦੇ ਭੱਜਲੇ ਬਸ ਆਹ ਚੀਜ਼ਾਂ ਕਰਦੇ ਰਹਿੰਦੇ ਸੀਗੇ, ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਸੀ, ਕਬੱਡੀ ਖੇਡਣ ਲੱਗ ਗਏ। ਫਿਰ ਜਦੋਂ ਉੱਥੇ ਮੈਂ ਗਿਆ, ਗੋਰਿਆਂ ਦੀ ਇੰਗਲਿਸ਼ ਉੱਥੇ 10 ਸਟੂਡੈਂਟ, ਅਤੇ ਉਹ ਸਾਰੇ ਮੈਡਮ ਵੀ ਉੱਥੇ ਇੰਗਲਿਸ਼ ਬੋਲਦੀ ਸੀ, ਉਹਨਾਂ ਦੀ ਇੰਗਲਿਸ਼ ਵੀ ਮੇਰੇ ਉਹਨਾਂ ਦਾ ਸਮਝ ਨਹੀਂ ਆਉਂਦੀ ਸੀ। ਮੈਂ ਪਹਿਲੇ 5 ਦਿਨ ਕਲਾਸਾਂ ਲਾਈਆਂ, ਮੈਂ ਕਿਹਾ ਯਾਰ $6,000 ਵੀ ਜਾਊਗਾ, ਕਿ ਯਾਰ ਸਮਝ ਕੁਛ ਆਉਂਦੀ ਨਹੀਂ, ਵੀ ਪੰਗਾ ਹੀ ਲੈ ਲਿਆ, ਕਿ 4-5 ਮੰਥ ਦਾ ਕੋਰਸ ਆ ਵੀ ਯਾਰ ਇਹਨੂੰ ਪਾਸ ਕਿਵੇਂ ਕਰਾਂਗੇ। ਫਿਰ ਮੈਂ ਰਾਤ ਨੂੰ ਆ ਕੇ ਉਹ ਸਾਰਾ ਜਿਹੜਾ ਬੁੱਕਾਂ ਸੀਗੀਆਂ ਆ ਕੇ ਪੜ੍ਹਦਾ ਸੀ, ਜਿਹੜੀ ਚੀਜ਼ ਨਹੀਂ ਸਮਝ ਲੱਗਦੀ ਸੀ ਉਹਦੇ ਪੰਜਾਬੀ 'ਚ ਮਤਲਬ ਕੱਢਦਾ ਸੀਗਾ, ਮਤਲਬ ਦੁੱਗਣਾ ਟਾਈਮ ਲਾਇਆ ਉਹ ਚੀਜ਼ਾਂ ਸਮਝਣ ਲਈ, ਪਰ ਉਹ ਚੀਜ਼ ਕਰੀ। ਤਾਂ ਹੀ ਮੈਂ ਤੁਹਾਨੂੰ ਕਹਿੰਦਾ ਹੁੰਦਾ ਕਿ ਕੋਈ ਵੀ ਚੀਜ਼ ਆ ਉਹ ਤੁਹਾਨੂੰ ਬਿਹਤਰ ਬਣਾਉਂਦੀ ਆ। ਸੋ ਬਾਕੀ ਗੱਲ ਜਿੱਥੇ ਮੈਂ ਪੰਜਾਬ ਦੀ ਕਰਦਾ ਸੀ, ਸਰਦਾਰਾਂ ਦੀ ਕਰਦਾ ਸੀਗਾ, ਮੈਨੂੰ ਇੰਨਾ ਕੁ ਮਾਣ ਹੁੰਦਾ ਕਿ ਕਿਸੇ ਨੂੰ ਭੁੱਖਾ ਨਹੀਂ, ਪੰਜਾਬੀ ਭੁੱਖਾ ਉਹੀ ਮਰੂਗਾ ਜਿਹੜਾ ਬੈਲਾਂ 'ਚ ਫਸਿਆ ਹੋਇਆ, ਨਸ਼ੇ 'ਚ ਫਸਿਆ ਹੋਇਆ, ਜਿਹਦੇ ਗੁਰੂ ਆਪਣੇ ਖਿਲਾਫ਼ ਸੀਗੇ। ਨਹੀਂ, ਕਦੇ ਵੀ ਕੋਈ ਸਰਦਾਰ ਪੰਜਾਬੀ ਬੰਦਾ ਭੁੱਖਾ ਨਹੀਂ ਮਰਦਾ, ਉਹ ਕਿਰਤ ਕਰਕੇ ਵਧੀਆ ਖਾਊਗਾ ਅਤੇ ਆਨੰਦ 'ਚ ਰਹਿੰਦਾ, ਕਿਉਂਕਿ ਰਾਜ ਵਾਲੀ ਫੀਲਿੰਗ ਆ। ਅਤੇ ਲਾਸਟ ਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਡਾ ਭਲਾ ਹੋ ਜਾਵੇ, ਤਾਂ ਲੋਕਾਂ ਦਾ ਭਲਾ ਸੋਚਣ ਲੱਗ ਜਾਓ। ਇਹ ਤੱਤ ਕੱਢੇ ਨੇ ਮੇਰੇ, ਕਿਉਂਕਿ ਇਹ ਐਨਰਜੀ ਇੱਕ ਹੀ ਹੈ। ਕੁਦਰਤ ਦੀ ਕਿਸੇ ਵੀ ਚੀਜ਼ ਨੂੰ ਮਾੜਾ ਕਹਿਣਾ ਕੁਦਰਤ ਦੇ ਉਲਟਾ। ਹੁਣ ਮੇਰਾ ਤਾਂ ਇੰਨਾ ਵੀ ਕਹਿਣ ਨੂੰ ਜੀ ਨਹੀਂ ਕਰਦਾ ਕਿ ਯਾਰ ਸ਼ੇਰ ਹਿਰਨ ਨੂੰ ਮਾਰਦਾ ਕਿਉਂ ਆ। ਹਾਂਜੀ, ਕੁਦਰਤ ਦਾ ਰੂਲ ਆ, ਕਿਵੇਂ ਮੈਂ ਕੁਐਸਚਨ ਕਰ ਦਵਾਂ, ਐਡਾ ਕਿੱਡਾ ਕੁ ਮੈਂ ਬੜਾ ਵੀ ਮੈਂ ਕੁਦਰਤ ਦੇ ਖੇਡਾਂ ਦੇ ਵਿੱਚ ਮੈਂ ਉਹ 'ਤੇ ਕੁਐਸਚਨ ਕਰ ਲੱਜਵਾਂ। ਜੋ ਹੋ ਰਿਹਾ ਉਹ ਕੁਦਰਤ ਦੇ ਹਿਸਾਬ ਨਾਲ ਹੋ ਰਿਹਾ, ਜੋ ਆਪਾਂ ਨੂੰ ਇਹ ਰੂਪ ਮਿਲਿਆ ਇਹਦੇ ਲਈ ਆਪਾਂ ਸ਼ੁਕਰ ਗੁਜ਼ਾਰ ਹਾਂ, ਫਰਕ ਨਹੀਂ ਕਰਨਾ, ਮਿਹਨਤ ਤਾਂ ਮਾਰਦੇ ਰਹੋ। ਸਰੀਰ ਆਪਾਂ ਪੂਰੇ ਕੈੜੇ ਕਰਨੇ ਨੇ, ਜਿੱਦਾਂ ਆਪਣੇ ਯੋਧਿਆਂ ਦੇ ਹੁੰਦੇ ਸੀ, ਸ਼ੌਂਕ ਪਾਉਣਾ ਸਰੀਰ ਦਾ, ਖਾਣਾ ਪੀਣਾ ਵਧੀਆ, ਖੁਰਾਕਾਂ ਆਪਣੀਆਂ ਸਾਰਿਆਂ ਨੂੰ ਵਧੀਆ ਪੰਜਾਬੀਆਂ ਦੀ ਖੁਰਾਕ ਮੰਨੀ ਜਾਂਦੀ ਆ,
ਖੁਰਾਕਾਂ ਵਧੀਆ ਖਾਓ। ਹੁਣ ਬਾਹਰੇ ਆਪਾਂ ਚੱਕਰਾਂ ਦੇ ਵਿੱਚ ਫਸ ਗਏ ਕਿ ਕੋਈ ਮਕਡੋਨਲ ਜਾਏ ਕੁਛ ਨਾ, ਆਪਣੇ ਘਰਾਂ ਤੋਂ ਆਪਾਂ ਥੋੜ੍ਹੀ ਡਾਇਟ ਉਹ ਨਹੀਂ ਹਿਲਾਉਣੀ, ਆਪਾਂ ਜਿਹੜੀ ਆਪਣੀਆਂ ਵਧੀਆ ਚੀਜ਼ਾਂ ਨੇ ਉਹਨਾਂ 'ਤੇ ਤਾਂ ਐਟਲੀਸਟ ਰਹੀਏ ਕਿ ਯਾਰ ਇਹ ਤਾਂ ਸਾਡੀ ਚੀਜ਼ ਵਧੀਆ ਸੀ, ਇਹ ਕਰਨੀ ਕਰਨੀ ਆ। ਅਤੇ ਬਾਕੀ ਬਾਈ ਤੁਸੀਂ ਵੀ ਪੱਗ ਬੰਨ੍ਹ ਕੇ ਦੇਖਿਓ ਤੁਹਾਨੂੰ ਕਿੱਦਾਂ ਦੀ ਫੀਲਿੰਗ ਆਊਗੀ। ਮੈਨੂੰ ਬਹੁਤ ਫਰਕ ਲੱਗਿਆ, ਮੇਰਾ ਹੰਕਾਰ ਘੱਟ ਗਿਆ, ਮੈਂ ਨੀਵਾਂ ਫੀਲ ਕਰਦਾ, ਇੱਕ ਅੰਦਰ ਰੋਹਬ ਜਿਹਾ ਫੀਲ ਹੁੰਦਾ, ਭਰਿਆ ਭਰਿਆ ਲੱਗਦਾ। ਮੈਂ ਯਾਰ ਪਿੰਕਾ ਇੱਕ ਦਿਨ ਗੱਲਾਂ ਵੀ ਕਰਦੇ ਸੀਗੇ, ਪਿੰਕਾ ਕਹਿੰਦਾ ਯਾਰ ਵੀਰੇ ਕਹਿੰਦਾ ਦੇਖਿਆ ਕਹਿੰਦਾ ਪਿੰਕਾ ਵੀ ਹੁਣ ਪੱਗ ਬੰਨਦਾ, ਪਿੰਕਾ ਕਹਿੰਦਾ ਦੇਖਿਆ ਵੀਰੇ ਕਹਿੰਦਾ ਜਦੋਂ ਆਪਾਂ ਪੱਗ ਬੰਨਦੇ ਹਾਂ ਅਤੇ ਜਦੋਂ ਨਹੀਂ ਬੰਨਦੇ ਕਹਿੰਦਾ ਵੀ ਸਿਰ ਕਹਿੰਦਾ ਖਾਲੀ ਖਾਲੀ ਜਿਹਾ ਲੱਗਦਾ। ਮੈਂ ਕਿਹਾ ਯਾਰ ਗੱਲ ਤਾਂ ਪੱਕੀ ਹੈ ਪਿੰਕੇ, ਹੈ ਨਾ। ਸੋ ਆਪਾਂ ਨੂੰ ਇਹ ਫੀਲਿੰਗ ਆਉਂਦੀ ਹੈ, ਹੋਰ ਕਿਸੇ ਚਾਹੇ ਕਿਸੇ ਨੂੰ ਨਾ ਆਵੇ, ਆਪਾਂ ਨੂੰ ਕਿਉਂ ਆਉਂਦੀ ਹੈ? ਕਿਉਂਕਿ ਆਪਣੇ ਬਲੱਡ ਦੇ ਵਿੱਚ ਇਹ ਚੀਜ਼ ਆ, ਆਪਾਂ ਆਪਣਾ ਕਲਚਰ ਆ, ਆਪਣੇ 'ਚੋਂ ਚੀਜ਼ਾਂ ਨਿਕਲ ਨਹੀਂ ਸਕਦੀਆਂ, ਨਾ ਹੀ ਕੱਢਣੀਆਂ ਚਾਹੀਦੀਆਂ ਨੇ, ਨਾ ਹੀ। ਤਾਂ ਕਰਕੇ ਮੈਂ ਕਹਿੰਦਾ ਕਿ ਹਰ ਇੱਕ ਬੰਦਾ ਆਪਦੇ ਪਾਸੇ ਪਰਫੈਕਟ ਆ, ਆਪਾਂ ਆਪਣੀ ਸੋਚ ਉੱਚੀ ਰੱਖੀਏ, ਸਭ ਨੂੰ ਪਿਆਰ ਕਰੀਏ। ਮਿਲਦੇ ਹੁਣ ਅਗਲੀ ਵੀਡੀਓ 'ਚ। ਖੁਰਾਕ ਦਾ ਧਿਆਨ ਰੱਖਿਓ, ਮਿਹਨਤਾਂ ਦਾ ਧਿਆਨ ਰੱਖਿਓ, ਖਿੱਚ ਕੇ ਰੱਖੋ ਕੰਮ। ਵਾਹਿਗੁਰੂ ਮਿਹਰ ਕਰੇ। ਦਿਸ ਇਜ਼ ਹੈਰੀ ਮਡੇਰ।